ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਦੇਖਦੇ ਹਾਂ ਅੱਗੇ ਵੀਡੀਓ ਅੱਜ ਅਸੀਂ ਲਾਈਵ ਦੇ ਵਿੱਚ ਅ ਇੱਕ ਦੋ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਤੇ ਮੇਨਲੀ ਜਿਹੜੀ ਗੱਲਬਾਤ ਇਹ ਬਿਲਕੁਲ ਚੈੱਕ ਕਰ ਲਈਏ ਵੀ ਸਾਡੇ ਲਾਈਵ ਤੁਹਾਨੂੰ ਪਹੁੰਚ ਰਿਹਾ ਕਿ ਨਹੀਂ ਤੁਸੀਂ ਪਲੀਜ਼ ਦੱਸ ਦਿਓ ਸਾਨੂੰ ਜੇ ਤੁਹਾਨੂੰ ਸਾਡੀ ਲਾਈਵ ਪਹੁੰਚ ਰਹੀ ਆ ਕਿਉਂਕਿ ਸਿਸਟਮ ਚੈੱਕ ਕਰਨਾ ਤੇ ਬਹੁਤ ਜ਼ਰੂਰੀ ਆ ਭਈ ਸਾਨੂੰ ਲੱਗ ਜਾਏ ਕਨਫਰਮੇਸ਼ਨ ਕਿ ਲਾਈਵ ਆ ਰਹੀ ਆ ਸੋ ਕਨਫਰਮ ਕਰ ਦੋਗੇ ਕਿ ਲਾਈਵ ਆ ਰਹੀ ਆ ਠੀਕ ਠਾਕ ਐਸ ਵੇਲੇ ਲਾਈਵ ਸਾਰਾ ਠੀਕ ਠਾਕ ਚੱਲ ਰਿਹਾ ਓਕੇ ਚਲੋ ਵਧੀਆ ਅ ਪਹਿਲਾਂ ਤਾਂ ਤੁਹਾਡੇ ਸੰਗਤ ਦਾ ਬਹੁਤ ਧੰਨਵਾਦ ਜਿਹੜੀ ਸੰਗਤ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਜਿਹੜੇ ਖਾਲਸਾ ਏਡ ਦੀ ਇੰਡੀਆ ਤੇ ਪਾਇ ਅਮਰਪ੍ਰੀਤ ਸਿੰਘ ਲੀਡ ਕਰ ਰਾਇ ਸੇਵਾਦਾਰਾਂ ਨਾਲ ਦਿੱਲੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸੇਵਾ ਉਹਨਾਂ ਦਾ ਧੰਨਵਾਦ ਤੇ ਹਰ ਇੱਕ ਸੇਵਾਦਾਰ ਜਿਹੜੀ ਮਰਜੀ ਜਥੇਬੰਦੀ ਦਾ ਹੋਵੇ ਪਿੰਡਾਂ 'ਚ ਹੋਣ ਜਾਂ ਜਿੱਥੋਂ ਦੂਰੋਂ ਦੂਰੋਂ ਆਏ ਸੇਵਾ ਕਰਦੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿਉਂ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਅੰਦੋਲਨ ਚੱਲ ਰਿਹਾ ਇਹ ਸੇਵਾਦਾਰਾਂ ਦੇ ਨਾਲ ਹੀ ਸਾਰ ਕੁਝ ਚੱਲ ਰਿਹਾ ਤੇ ਇਹਦੇ ਵਿੱਚ ਇਨਰ ਬਬਾ ਦਾ ਹਿੱਸਾ ਸੋ ਜਿਹੜੀਆਂ ਅੱਜ ਅਸੀਂ ਇੱਕ ਦੋ ਗੱਲਾਂ ਕਰਨੀਆਂ ਉਹਦੇ ਵਿੱਚ ਇੱਕ ਤਾਂ ਹੈਗੀ ਆ ਜਿਹੜੇ ਭਈ ਸਰਕਾਰ ਆ ਉਹ ਦੇਖਦੀ ਭਈ ਅੰਦੋਲਨ ਨੂੰ ਫੇਲ ਕਿੱਦਾਂ ਕਰਨਾ ਤੇ ਉਹਦੀ ਦੇਖਦੇ ਭਈ ਪਹਿਲਾਂ ਸਰਦੀ ਸੀਗੀ ਭਈ ਇੱਥੇ ਕਿਸਾਨ ਕੋਈ ਰਹੂਗਾ ਨੀਗਾ ਉਹ ਵੀ ਗਲਤ ਨਿਕਲਿਆ ਤੇ ਸਾਡੀ ਸਾਡੀ ਸੰਗਤ ਚੜ੍ਹਦੀ ਕਲਾ ਰਹੀ ਤੇ ਪਿਛਲੇ ਦੋ ਤਿੰਨ ਮਹੀਨੇ ਵਿੱਚ ਤੇ ਹੁਣ ਉਹਦਾ ਹੋਣਾ ਭਈ ਉਦਰ ਫਸਲਾਂ ਦਾ ਵੀ ਅ ਇਸ਼ੂ ਆ ਗਿਆ ਪੰਜਾਬ ਦੇ ਵਿੱਚ ਫਸਲਾਂ ਬੀਜਣੀਆਂ ਫਸਲਾਂ ਵੱਢਣੀਆਂ ਤੇ ਸ਼ਾਇਦ ਭਈ ਕਿਸਾਨ ਬਾਹਰ ਚਲ ਜਾਣ ਤੇ ਦੂਜੀ ਗੱਲ ਮੈਂ ਕੱਲ ਕਰਨੀ ਆ ਜਿਹੜੀ ਇੱਕ ਹੈਗੀ ਆ ਫੰਡ ਰੇਇਜ਼ਿੰਗ ਦੀ ਤੇ ਜਿਹੜੇ ਪੈਸੇ ਇਕੱਠੇ ਹੋ ਰਹੇ ਆ ਇਹ ਬਾਹਰ ਦੁਨੀਆ ਦੇ ਵਿੱਚ ਅ ਕਿਸਾਨਾਂ ਲਈ ਇੱਕ ਸੰਗਾਰਛ ਲਈ ਸੋ ਪਹਿਲੀ ਗੱਲ ਜਿਹੜੀ ਆ ਭਈ ਪਿੰਡਾਂ ਦੇ ਵਿੱਚ ਜਿਹੜੀ ਅ ਐਸਵੇਲੀ ਸੰਗਤ ਪਿੰਡਾਂ ਤੋਂ ਸਪੈਸ਼ਲੀ ਪੰਜਾਬ ਤੋਂ ਜਿਹੜੀ ਕਿਉਂਕਿ ਜਿਹੜੇ ਦੂਜੇ ਸਟੇਟਾਂ ਵਿੱਚ ਸਾਡੀ ਇਨੀ ਰੀਚ ਹੈ ਨਹੀਂ ਗਈ ਪੰਜਾਬ ਸਾਡੀ ਰੀਚ ਹੈਗੀ ਆ ਉਹਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਭਈ ਜਦੋਂ ਹੁਣ ਫਸਲਾਂ ਬੀਜਣੀਆਂ ਜਾਂ ਫਸਲਾਂ ਵਧਣੀਆਂ ਦੇਖਭਾਲ ਕਰਨੀਆਂ ਇਹਨਾਂ ਫਸਲਾਂ ਦੀ ਇਹਦੇ ਵਿੱਚ ਇਹ ਨਾ ਪੈ ਜਾਵੇ ਭਈ ਅੰਦੋਲਨ ਦੇ ਵਿੱਚ ਨੰਬਰ 'ਚ ਦਾ ਆਪਣੀ ਸੰਗਤ ਦੇ ਇਕੱਠ ਹੋਣ ਲੱਪਣ ਤੇ ਇਹ ਹੁਣ ਇੱਕ ਦੂਜੇ ਦੀ ਮਦਦ ਕਰਨੀ ਪੈਣੀ ਤੁਹਾਨੂੰ ਆਪਣੇ ਪਿੰਡਾਂ ਦੇ ਵਿੱਚ ਪਈ ਜਦੋਂ ਵੀ ਕਹ ਲਓ ਕੋਈ ਨਾ ਕੋਈ ਕਿਸੇ ਫਸਲ ਬੀਜਣੀ ਫਸਲ ਵੜਣੀ ਉਹ ਸਾਰਿਆਂ ਨੂੰ ਇੱਕ ਦੂਜੇ ਨੂੰ ਇਕੱਠੇ ਹੋ ਕੇ ਇਹ ਹੱਲਾ ਮਾਰਨਾ ਪੈਣਾ ਅੱਜ ਹੀ ਮੇਰੀ ਗੱਲ ਹੋਈ ਸੀ ਇੱਕ ਪਿੰਡ ਦੇ ਵਿੱਚ ਬਹੁਤ ਮਾਣ ਦੀ ਗੱਲ ਆ ਤੁਸੀਂ ਪਿੱਛੇ ਦੇਖਦੇ ਹੋਣੇ ਤਸਵੀਰ ਜਿਹੜੀ ਇੱਕ ਟਾਈਮ ਮੈਗਜ਼ੀਨ ਹੈਗਾ ਬਹੁਤ ਵੱਡਾ ਦੁਨੀਆ ਦਾ ਮੈਗਜ਼ੀਨ ਹੈ ਟਾਈਮ ਮੈਗਜ਼ੀਨ ਬਹੁਤ ਰਿਸਪੈਕਟਡ ਹੈ ਬਹੁਤ ਹੀ ਦੀ ਇੱਜ਼ਤ ਹੈ ਉਹਨੇ ਆਪਣੇ ਪੰਜਾਬ ਤੋਂ ਬੀਬੀਆਂ ਜਿਹੜੀਆਂ ਉਹਨਾਂ ਦੋ ਲਿੰਗ ਤੇ ਗਈਆਂ ਉਹਨੀਆਂ ਫੋਟੋ ਮୋਰੇ ਲਾਈਆਂ ਤੇ ਸਾਨੂੰ ਬੜਾ ਮਾਣ ਆ ਸਪੈਸ਼ਲੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਫੋਲੋ ਕਰਦੇ ਆ ਇਹ ਸੰਘਰਸ਼ ਦੇ ਸਪੋਰਟ ਕਰਦੇ ਬਾਹਰ ਬਹਿ ਕੇ ਵੀ ਉਹਨੂੰ ਬਹੁਤ ਹੌਸਲਾ ਹੋਇਆ ਸੋਮਵਾਰ 8 ਤਰੀਕ ਨੂੰ ਇੰਟਰਨੈਸ਼ਨਲ ਵਿਮਨਸ ਦੇ ਆ ਇਹ ਲੈ ਬੜੀ ਖੁਸ਼ੀ ਆ ਵੀ ਦੇਖੋ ਇੰਟਰਨੈਸ਼ਨਲ ਵਿਮਨਸ ਦੇ ਆ ਰਿਹਾ ਤੇ ਉਸ ਇੰਟਰਨੈਸ਼ਨਲ ਵਿਮਨ ਦੀ ਐਡੀਸ਼ਨ ਜਿਹੜਾ ਦੇਸ ਆ ਟਾਈਮ ਮੈਗਜ਼ੀਨ ਆ ਫਰੰਟ ਪੇਜ ਤੇ ਸਾਡੇ ਪੰਜਾਬ ਦੀਆਂ ਬੀਬੀਆਂ ਸੋ ਅਜ ਮੇਰੇ ਉਹਨਾਂ ਨਾਲ ਗੱਲਬਾਤ ਹੋਈ ਸੀ ਸ਼ਾਇਦ ਕੱਲ ਨੂੰ ਪਰਸ ਨੂੰ ਬ੍ਰੋਡਕਾਸਟ ਹੋਊਗੀ ਪਿੰਡ ਸੀ ਤਲਵੰਦੀ ਤਲਵੰ ਤਲਵੰਦੀ ਅਕਲੀਆਂ ਮਾਨਸਾ ਡਿਸਟ੍ਰਿਕਟ ਵਿੱਚ ਉਹਨਾਂ ਪਿੰਡ ਵਾਲਿਆਂ ਨੇ ਖੁੱਲੀ ਗੱਲ ਕੀਤੀ ਤੇ ਸਾਡੀ ਬੀਬੀਆਂ ਨੇ ਵੀ ਗੱਲ ਕੀਤੀ ਕੀਤੀ ਗਈ ਆ ਭਈ ਜੋ ਗਾਇਸੀ ਅੰਦੋਲਨ ਤੇ ਸੋ ਉਹਦੇ ਵਿੱਚ ਵੀ ਪਿੰਡ ਚ ਇਹ ਗੱਲ ਕੀਤੀ ਸੀਗੀ ਭਈ ਹੁਣ ਜੇ ਫਸਲਾਂ ਵੜੜਨੀਆਂ ਫਸਲਾਂ ਬੀਜਣੀਆਂ ਤੇ ਇੱਕ ਪਾਸੇ ਅੰਦੋਲਨ ਚੱਲ ਰਿਹਾ ਆ ਇਹ ਬੈਲੈਂਸ ਰੱਖਣਾ ਪੈਣਾ ਸਾਰਿਆਂ ਨੂੰ ਪੰਜਾਬ ਦੇ ਵਿੱਚ ਇਹ ਇਹਨਾਂ ਹੋਵੇ ਸਾਰੇ ਬਾਪਸਾਜ ਕਿਉਂਕਿ ਇੱਕ ਦੂਜੇ ਦੀ ਮਦਦ ਨਹੀਂ ਕਰ ਰਹੇ ਸੋ ਸਾਨੂੰ ਬਿਲਕੁਲ ਅ ਕਦੋਂ ਮਾਣਿਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਤੇ ਤੇ ਜਿਨ੍ਹਾਂ ਨੇ ਦੇਖੋ ਕਿੰਨੀ ਸੇਵਾ ਕੀਤੀ ਆ ਅੰਦੋਲਨ ਤੇ ਆਪਣਾ ਕਾਰੋਬਾਰ ਪਿੱਛੇ ਸੰਭਾਲਿਆ ਤੇ ਮੋਰੇ ਅੰਦੋਲਨ ਤੇ ਵੀ ਵਾਰੀ ਵਾਰੀ ਜਾ ਰਹੇ ਆ ਸੋ ਮੇਰੀ ਅੱਜ ਇਹੀ ਬੇਨਤੀ ਤੁਹਾਨੂੰ ਬਹੁਤ ਵੱਡੀ ਬੇਨਤੀ ਹੱਥ ਜੋੜ ਕੇ ਤੇ ਪਿੰਡਾਂ ਦੇ ਵਿੱਚ ਹੁਣ ਜਦੋਂ ਫਸਲਾਂ ਦਾ ਫਸਲਾਂ ਬਡਣੀਆਂ ਫਸਲਾਂ ਬੀਜਣੀਆਂ ਖੇਤ ਵਾਉਣੇ ਇੱਕ ਦੂਜੀ ਦੀ ਮਦਦ ਕਰੋ ਰੌੜ ਮਿਲ ਕੇ ਕਿਉਂਕਿ ਇਹਦੇ ਵਿੱਚ ਇਹ ਨਾ ਰਹਿ ਜਵੇ ਪਈ ਕਿਸੇ ਨੂੰ ਵਾਪਸ ਹੋਣਾ ਪਵੇ ਸਾਰਿਆਂ ਨੂੰ ਵਾਪਸ ਹੋਣਾ ਪਵੇ ਅੰਦੋਲਨ ਤੋਂ ਤੇ ਜੋ ਸਰਕਾਰ ਚਾਹੁੰਦੀ ਉਹ ਕੰਮ ਹੋਵੇ ਸੋ ਇੱਕ ਦੂਜੇ ਨੂੰ ਬਾਰੀ-ਬਾਰੀ ਸਹਾਰਾ ਦੇਵੋ ਸਪੋਰਟ ਦੇਵੋ ਸਹਿਯੋਗ ਦੇਵੋ ਤੇ ਇੱਕ ਦੂਜੇ ਨਾਲ ਤੁਸੀਂ ਮੋਢਾ ਜੋੜ ਕੇ ਪਿੰਡਾਂ ਦੇ ਵਿੱਚ ਮਦਦ ਕਰੋ ਇੱਕ ਦੂਜੇ ਦੀ ਦੂਜੇ ਪਾਸੇ ਅੰਦੋਲਨ ਦੇ ਵਿੱਚ ਵੀ ਬਾਰੀ-ਬਾਰੀ ਸੰਗਤ ਚਾਈ ਜਾਵੇ ਜੋ ਸਾਡੇ ਵੱਲੋਂ ਕੋਈ ਲੋਡ ਹੋਵੇ ਐਮਰਜੈਂਸੀ ਚੀਜ਼ ਦੀ ਕਾਲ ਸਾਈਡ ਨੂੰ ਤੁਸੀਂ ਅਪਰੋਚ ਕਰ ਸਕਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਇਹਦੇ ਵਿੱਚ ਜਦੋਂ ਗੱਲ ਹੋਈ ਸੀ ਤਾਂ ਪਿੰਡ ਵਾਲੇ ਜਿਹੜੇ ਭਈ ਹੁਣ ਜਿਹੜੀ ਉੱਥੇ ਮਾਨਸਿਕ ਗੱਲ ਹੋਈ ਆ ਉਹ ਤਾਂ ਪਹਿਲਾਂ ਹੀ ਕਹਿੰਦੇ ਅਸੀਂ ਤਾਂ ਇੱਕ ਦੂਜੇ ਦੀ ਮਦਦ ਕਰਨੀ ਆ ਤੇ ਦੂਜੇ ਪਾਸੇ ਅੰਦੋਲਨ ਵੀ ਚਲਾਵਾਂਗੇ ਪਿੰਡ ਦੇ ਵਿੱਚੋਂ ਵਾਰੀ ਵਾਰੀ ਜਾਵਾਂਗੇ ਕਿਉਂਕਿ ਇਹ ਸਾਡੀ ਸਾਰੀ ਜਿੰਨੀ ਐਫਰਟ ਹੋਈ ਆ 2-3 ਮਹੀਨੇ ਵਿੱਚ ਇਹ ਅਸੀਂ ਪਿੱਛੇ ਨਹੀਂ ਹਟਣਾ ਹੁਣ ਇਹ ਐਫਰਟ ਕਾਇਮ ਰੱਖਣੀ ਆ ਸੋ ਇਹੇ ਸਾਡੀ ਬਹੁਤ ਪਹਿਲੀ ਬੇਨਤੀ ਸੀਗੀ ਫਸਲਾਂ ਦਾ ਟਾਈਮ ਆ ਗਿਆ ਬੀਜਣਾ ਵੱਢਣੀਆਂ ਖੇਤ ਵਾਣੇ ਇੱਕ ਪਾਸੇ ਰਲ ਮਿਲ ਕੇ ਮਦਦ ਕਰੋ ਪਿੰਡਾਂ ਦੇ ਵਿੱਚ ਇੱਕ ਦੂਜੇ ਦੀ ਦੂਜੇ ਪਾਸੇ ਜਿਹੜੇ ਅੰਦੋਲਨ ਤੇ ਬੈਠੇ ਆ ਉਹਨਾਂ ਦਾ ਪਿੱਛੇ ਕਾਰੋਬਾਰ ਇੱਕ ਦੂਜੇ ਨਾਲ ਸੰਭਾਲੋ ਪਰ ਬਾਰੀ-ਬਾਰੀ ਜਾਈ ਜਾ ਕੋਈ ਰੁਕੇ ਨਾ ਕੋਈ ਵਾਪਸ ਸਾਰੇ ਪਿੰਡ ਵਾਪਸ ਨਾ ਆਵੇ ਪਿੰਡਾਂ 'ਚ ਕੋਈ ਨਾ ਕੋਈ ਹਰ ਵਾਰੀ ਅੰਦੋਲਨ ਤੇ ਹੋਣਾ ਚਾਹੀਦਾ ਨਹੀਂ ਤਾਂ ਅੰਦੋਲਨ ਦੇ ਨੰਬਰ ਕੱਟ ਹੋਣ ਲੱਪਨੇ ਤੇ ਸਰਕਾਰ ਨਹੀਂ ਖੁਸ਼ ਹੋਣ ਲੱਪਣਾ ਤੇ ਚਲੋ ਆਸੀਂ ਆਸੀਂ ਚਾਹੁੰਦੇ ਸੀਗੇ ਤੇ ਬਹੁਤ ਚੜਦੀ ਕਲਾ ਮੈਸੇਜ ਆਏ ਆ ਸਾਰੀ ਦੁਨੀਆ ਤੋਂ ਸਪੈਸ਼ਲੀ ਸਾਰੇ ਪੰਜਾਬ ਤੋਂ ਤੇ ਅਸੀਂ ਦਿਨ ਦਿਹਾੜੇ ਰਹਾਂਗੇ ਜਿੰਨਾ ਮਰਜੀ ਦਾ ਜੇ ਸਮਾਂ ਅੰਦੋਲਨ ਫੇਲ ਨਹੀਂ ਹੋਣ ਦੇਣਾ ਅ ਦੂਜੀ ਗੱਲ ਆਉਂਦੀ ਆ ਫੰਡਰੇਜ਼ਿੰਗ ਪੇजेस ਦੀ ਮੈਂ ਪਹਿਲਾਂ ਵੀ ਗੱਲ ਕਰਨੀ ਚਾਹੁੰਦਾ ਸੀਗਾ ਕਰਨੀ ਚਾਹੁੰਦਾ ਸੀ ਗੱਲ ਇਹ ਤੇ ਬਹੁਤ ਸੋਚਿਆ ਪਿਛਲੇ 1-2 ਹਫ਼ਤੇ ਵਿੱਚ ਕਿਉਂਕਿ ਤੁਹਾਨੂੰ ਪਤਾ ਮੈਂ ਪਹਿਲਾਂ ਜਾਦੇ ਬਰੋਡਕਾਸਟ ਕਰੀਦੇ ਸੀ ਲਾਈਵ ਹੁਣ ਘੱਟ ਹੀ ਆ ਇਹ ਹੈਗਾ ਆ ਦੁਨੀਆ ਦੇ ਵਿੱਚ ਜਦੋਂ ਅੰਦੋਲਨ ਜਦੋਂ ਹੁਣ ਸ਼ੁਰੂ ਹੋਇਆ ਦਿੱਲੀ ਪਹੁੰਚਣ ਲੱਗੇ ਦਿੱਲੀ ਪਹੁੰਚ ਗਿਆ ਹੈ ਬਹੁਤ ਹੀ ਲੋਕਾਂ ਨੇ ਤੇ ਸੰਸਥਾਾਂ ਨੇ ਫੰਡ ਰਾਈਜ਼ਿੰਗ ਪੈਸੇ ਇਕੱਠੇ ਕਰਨ ਦੇ ਪੇजेस ਖੋਲੇ ਆ ਦੁਨੀਆ ਦੇ ਵਿੱਚ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਕੇ ਵਿੱਚ ਹੋਵੇ ਅ ਅਮਰੀਕਾ ਇੰਡੀਆ ਵੀ ਹੋ ਸਕਦੇ ਆ ਉਹਨਾਂ ਨੇ ਗੋ ਫੰਡ ਮੀ ਪੇਜ ਜਾਂ ਇੰਡੀਪੈਂਡੈਂਟਲੀ ਪੇਜ ਸੈਟਅਪ ਕੀਤੇ ਆ ਜਾਂ ਗਰਾਂਆਂ ਹੋਰ ਤਰ੍ਹਾਂ ਕੀਤੀਆਂ ਜਿਹੜੀਆਂ ਸੰਸਥਾਆਂ ਸੰਸਥਾਵਾਂ ਵੀ ਪੈਸੇ ਇਕੱਠੇ ਕੀਤੇ ਸਾਡੇ ਮੀਡੀਅਮ ਵੀ ਪੈਸੇ ਬਹੁਤ ਇਕੱਠੇ ਕੀਤੇ ਆ ਸੋ ਇਹਦੇ ਵਿੱਚ ਇਦਾਂ ਹੁਣ ਸਾਨੂੰ ਏਕੀ ਡਰ ਹੁੰਦਾ ਆ ਕਿ ਪੰਥ ਦੇ ਪੈਸੇ ਬਹੁਤ ਖਰਾਬ ਹੁੰਦੇ ਹੁਣ ਅਸੀਂ ਹਰ ਵਾਰੀ ਕੋਸ਼ਿਸ਼ ਕਰਦੇ ਪੈਸੇ ਕਿੱਥੇ ਖਰਚੀਏ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਅਸੀਂ ਪਹਿਲਾਂ ਕਹਿੰਦਾ ਸੀਗਾ ਵੀ ਸਾਨੂੰ ਪੈਸੇ ਇਕੱਠੇ ਨਾ ਕਰਕੇ ਦੇਵੋ ਕਿਉਂਕਿ ਇਹਦੇ ਵਿੱਚ ਜੋ ਲੰਗਰ ਪਾਣੀ ਆ ਸੰਗਤ ਦੇਈ ਜਾਂਦੀ ਕੰਬਲ ਆ ਕੱਪੜੇ ਆ ਸੰਗਤ ਖਾਣਾ ਪੀਣਾ ਡੋਨੇਸ਼ਨ ਕਰੀ ਜਾਂਦੀ ਕਾਫੀ ਅਸੀਂ ਤਾਂ 20 20% ਹੀ ਖਰੀਦੇ ਹੋਣਾ ਸਮਾਨ ਤੇ ਉਹਦਾ ਵੀ ਤੁਸੀਂ ਬਹੁਤ ਹੈਲਪ ਕਰ ਰਹੇ ਆ ਸੋ ਜੇ ਕਹ ਲਓ ਭਈ ਮਿਲੀਅਨਸ ਐ ਮਿਲੀਅਨਸ ਡਾਲਰ ਇਕੱਠੇ ਹੋਏ ਆ ਇੱਥੇ ਵੀ ਹੋਏ ਆ ਇੰਡੀਆ ਵੀ ਹੋਏ ਆ ਸੰਸਥਾਾਂ ਨੇ ਬਾਹਰ ਵੀ ਕੀਤੇ ਆ ਸਟੇਜਾਂ ਤੇ ਵੀ ਕੀਤੇ ਇੰਡੀਆ ਦੇ ਵਿੱਚ ਨਿੱਕੇ ਨਿੱਕੇ ਗਰੁੱਪ ਐ ਕੋਈ ਇੰਡੀਵਿਜੂਅਲ ਕੋਈ ਆਮ ਬੰਦੇ ਵੀ ਆ ਬੈਠੇ ਦੁਨੀਆ ਦੇ ਵਿੱਚ ਜਿਹਨੇ ਪੇਜ ਖੋਲ੍ਹ ਲਏ ਸੀ ਕਿਹਨੇ 2000 ਡਾਲਰ ਕਿਹਨੇ 20000 ਡਾਲਰ ਕਿਹਨੇ 90000 ਡਾਲਰ ਕਿੰਨੇ 100 ਪੌਂਡ ਕਿੰਨੇ 150 ਪੌਂਡ ਕਿੰਨੇ 3 ਲੱਖ ਪੌਂਡ ਪੈਸੇ ਬਹੁਤ ਹੀ ਹਰ ਤਰ੍ਹਾਂ ਦੇ ਪੈਸੇ ਇਕੱਠੇ ਹੋਏ ਆ ਪੌਂਡ ਦਾ ਕੋਈ ਸੈਂਟਰਲ ਰਜਿਸਟਰ ਕੋਈ ਨਹੀਂਗਾ ਹੁਣ ਜੇ ਕਹ ਲਓ ਭਈ ਇਹ 2-3 ਮਿਲੀਅਨ ਪੌਂਡ ਹੀ ਕਹ ਲਓ ਜੇ ਇਕੱਠੇ ਹੋਏ ਡਾਲਰ ਇਕੱਠੇ ਹੋਏ ਆ ਜੇ ਕਹ ਲਓ ਗੱਲ 2-3 ਮਿਲੀਅਨ ਸਾਨੂੰ ਪਤਾ ਨਹੀਂਗਾ ਕਿੰਨੇ ਇਹ ਦੋ ਲੱਖ ਲੱਗੂਗੇ ਤੇ ਬਾਕੀ ਉਹਨਾਂ ਦਾ ਕੀ ਬਣੂਗਾ ਮਗਰੋਂ ਉਹ ਕਿਸਾਨਾਂ ਨੂੰ ਮਿਲੂਗਾ ਹੁਣ ਕਿਸਾਨ ਆ ਪਿੰਡਾਂ ਦੇ ਵਿੱਚ ਵਾਰੀ-ਵਾਰੀ ਇੱਕ ਦੂਜੇ ਦੀ ਮਦਦ ਕਰੂਗੇ ਉਹਨਾਂ ਨੂੰ ਵੀ ਮਗਰੋਂ ਜਦੋਂ ਕਿਸਾਨ ਵਾਪਸ ਜਾਂਦੇ ਆ ਉਹਨੂੰ ਬਹੁਤ ਜ਼ਰੂਰੀ ਆ ਜਿਹੜੇ ਕਿਸਾਨ ਸਾਡੇ ਪਈ ਉਥੇ ਭੈਣ ਭਰਾ ਜਿਹੜੇ ਪਈ ਕਿਸਾਨੀ ਸੰਘਰਸ਼ ਦੇ ਸ਼ਹੀਦ ਹੋ ਗਏ ਆ ਬਹੁ ਹਾਈ ਨੰਬਰ ਤੇ ਆ ਜਿਹੜੇ ਫਟੜ ਹੋ ਗਏ ਜਿਹੜੇ ਯੇਲਾ ਚ ਗਏ ਆ ਇਹਨੂੰ ਕੋਈ ਘਾਟ ਨਹੀਂ ਹੋਣੀ ਚਾਹੀਦੀ ਜਿੰਨੇ ਪੈਸੇ ਇਕੱਠੇ ਗਏ ਇਕੱਠੇ ਕੀਤੇ ਗਏ ਉਹਨਾਂ ਦੇ ਇਹਦੇ ਵਿੱਚ ਕੋਈ ਸੈਂਟਰਲ ਰਜਿਸਟਰ ਹੈ ਨਹੀਂਗਾ ਇਹ ਲੱਭਣੇ ਬਹੁਤ ਸੌਖੇ ਆ ਕਿਉਂਕਿ ਅਪੀਲਾਂ ਕੀਤੀਆਂ ਗਈਆਂ ਇੰਟਰਨੈਟ ਤੇ ਤੇ ਮੀਡੀਆ ਤੇ ਤੇ ਸਾਨੂੰ ਪਤਾ ਜਿਹੜੇ ਮੀਡੀਆ ਨੇ ਕੀਤੀਆਂ ਸਾਨੂੰ ਪਤਾ ਇੰਟਰਨੈਟ ਦੀ ਕੀਤੀਆਂ ਸੋ ਇਹਦੇ ਵਿੱਚ ਦਿੰਦਿਆੜੀ ਅਪੀਲਾਂ 'ਚ ਦੇਖੀਆਂ ਪਈ ਪੈਸੇ ਦੇਵੋ ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਸਾਨੂੰ ਹੋਰ ਦੇਵੋ ਸਾਨੂੰ ਹੋਰ ਪੈਸੇ ਘੜੀ ਘੜੀ ਪੈਸੇ ਦੀਆਂ ਅਪੀਲਾਂ ਕਿੱਥੇ ਆਈਆਂ ਪਰ ਕੋਈ 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 ਸੈਂਟਰਲ ਰਜਿਸਟਰ ਹੈ ਹੀ ਨਹੀਂਗਾ ਕਿਸੇ ਕੋਲ ਸੋ ਪਾਂਸਤਾ ਪੈਸਾ ਫੇਰ ਖਰਾਬ ਹੋਣਾ ਪਈ ਮਗਰ ਜਦੋਂ ਅੰਦੋਲਨ ਚੱਲ ਗਿਆ ਅੰਦੋਲਨ ਦੇ ਵਿੱਚੋਂ ਜਿਹੜੇ ਪਈ ਪੈਸੇ ਹੁਣ ਰਹਿ ਗਏ ਵਾਪਸ ਕਿੱਥੇ ਗਏ ਉਹ ਤੁਸੀਂ ਇਹ ਡੋਨੇਟ ਕੀਤੇ ਦੇ ਪੈਸੇ ਉਹ ਕਾਦ ਲਈ ਕੀਤੇ ਗਏ ਆ ਕਿਸਾਨਾਂ ਲਈ ਕੀਤੇ ਗਏ ਆ ਇਹ ਨਹੀਂ ਤੇ ਮਗਰੋਂ ਜਦੋਂ ਕਿਸਾਨ ਵਾਪਸ ਜਾਓਗੇ ਅਸੀਂ ਘੜੀ ਘੜੀ ਫੇਰ ਪੈਸੇ ਮੰਗੀਆਂ ਮੈਨੂੰ ਇੱਕ ਭਾਈ ਸਾਹ ਦਾ ਮੈਸੇਜ ਆਇਆ ਸੀਗਾ ਭਈ ਅਸੀਂ ਅਪੀਲ ਕਰਨੀ ਆ ਜਿਹੜੇ ਭਈ ਸਾਡੇ ਕਿਸਾਨ ਸ਼ਹੀਦ ਹੋ ਗਏ ਮੇਰਾ ਇਹ ਜਵਾਬ ਸੀਗਾ ਠੀਕ ਆ ਵਧੀਆ ਬਹੁਤ ਵਧੀਆ ਕਦਮ ਆ ਤੇ ਜੇ ਪਹਿਲਾਂ ਜੇ ਅਸੀਂ ਕਦਮ ਚੱਕਣਾ ਨਾਲ ਇਹਨਾਂ ਦੇ ਅਸੀਂ ਮਦਦ ਕਰਾਂਗੇ ਪਰ ਪਹਿਲਾਂ ਸਾਨੂੰ ਦੱਸੋ ਭਈ ਕਿੰਨੇ ਬੰਦਿਆਂ ਨੇ ਕਿੰਨੇ ਲੋਕਾਂ ਨੇ ਕਿੰਨੇ ਸਾਡੇ ਸਲੇਬ੍ਰਿਟੀਜ਼ ਜਿਹੜੇ ਸਟਾਰਸ ਆ ਕਿੰਨੇ ਸਾਡੇ ਗੁਰਦੁਆਰੇ ਆ ਕਿੰਨੇ ਪੈਸੇ ਇਕੱਠੇ ਉਹਨਾਂ ਦੇ ਨਾਂ ਤੇ ਹੋਏ ਜਿਹੜੇ ਸ਼ਹੀਦ ਹੋਏ ਪਹਿਲਾਂ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਇਹ ਕੋ ਰਜਿਸਟਰ ਹੋਣਾ ਚਾਹੀਦਾ ਕਿੰਨੇ ਲੱਖ ਪਾਉਣ ਕਿੰਨੇ ਡਾਲਰ ਕਿੰਨੇ ਲੱਖ ਡਾਲਰ ਇਕੱਠੇ ਹੋਏ ਆ ਕੋਈ ਰਜਿਸਟਰ ਨਹੀਂ ਮੈਨੂੰ ਸਾਨੂੰ ਵੀ ਬਹੁਤ ਫੋਨ ਆਇਆ ਸੀ ਪਹਿਲਾਂ ਵੀ 6 ਮਹੀਨਾ ਵੀ ਪਹਿਲਾਂ 1.5 ਮਹੀਨਾ ਪਹਿਲਾਂ ਹੁਣ ਵੀ ਅਸੀਂ ਤੁਹਾਨੂੰ 10000 ਦੇਣਾ ਚਾਹੁੰਦੇ 20000 ਡਾਲਰ ਦੇਣਾ ਚਾਹੁੰਦੇ ਜਿਹੜੇ ਸ਼ਹੀਦ ਹੋਏ ਮੈਂ ਕਿਹਾ ਦੇਖੋ ਅਸੀਂ ਇਹ ਫੰਡ ਇਕੱਠਾ ਨਹੀਂ ਕਰ ਰਹੇ ਕਿਉਂਕਿ ਅਸੀਂ ਇਹ ਕੰਮ ਨਹੀਂ ਕਰ ਰਹੇ ਜੇ ਕੋਈ ਕੰਮ ਕਰ ਰਿਹਾ ਆ ਬਿਲਕੁਲ ਸਹੀ ਆ ਕੰਮ ਕਰਕੇ ਦੇਖੋ ਜਾ ਕੇ ਦੇਖੋ ਕੀ ਕਰ ਰਹਾ ਸਪੋਰਟ ਕਰੋ ਪਰ 84 ਮਗਰੋਂ ਹਾਲ ਤੱਕ ਤਾਂ ਵੀ ਸਿੱਖਿਆ ਸਾਡੀ ਸੰਗਤ ਬਹੁਤ ਦਿਆਲੂ ਆ ਬਹੁਤ ਦਿਆਲੂ ਆ ਪੈਸੇ ਉਹ ਇਕੱਠੇ ਹੁੰਦੇ ਆ ਪਰ ਪੈਸੇ ਪਤਾ ਨਹੀਂ ਲੱਗਦਾ ਫਿਰ ਮਗਰੋਂ 2-3 ਦੋ ਤਿੰਨ ਮਹੀਨੇ ਬਾਅਦ ਕਿੱਥੇ ਗਏ ਸਾਰੇ ਜਦੋਂ ਪੰਜਾਬ ਹੜ੍ਹ ਦੀ ਗੱਲ ਕਰਦੇ 2019 ਵਿੱਚ ਹੜਾ ਹੈ ਕਿੰਨਾ ਪੈਸਾ ਇਕੱਠਾ ਕੀਤਾ ਸਾਰੇ ਪਾਸੇ ਜਥੇਬੰਦੀਆਂ ਨੇ মিডিਆ ਨੇ 2-3 ਹਫ਼ਤੇ ਬਾਅਦ ਸਾਰੇ ਦੌੜ ਗਏ ਬਾਹਰ ਹਾਲ ਤੱਕ ਵੀ ਸਾਡਾ ਉੱਥੇ ਪ੍ਰੋਗਰਾਮ ਚੱਲ ਰਿਹਾ ਹੈ ਤੇ ਤੁਹਾਨੂੰ ਦੱਸਦੇ ਤੁਹਾਨੂੰ ਘੜੀ ਘੜੀ ਸਾਡਾ ਕਿੰਨਾ ਪੈਸਾ ਰਹਿ ਗਿਆ ਹਾਲ ਤੱਕ ਖਰਚ ਹੁੰਦਾ ਕਿੰਨਾ ਰਹਿੰਦਾ ਕਿੰਨਾ ਸਾਡਾ ਕਹਿ ਲੋ ਭਈ ਖਰਚਣ ਦਾ ਪਲਾਨ ਕੀ ਆ ਔਖਾ ਉਹ ਪੈਸਾ ਇਕੱਠਾ ਕਰਨਾ ਬਹੁਤ ਸੌਖਾ ਚੰਗੇ ਥਾਰ ਤੇ ਖਰਚਣਾ ਹੂੰ ਤੁਹਾਨੂੰ ਉੱਥੇ ਸਰਕਾਰ ਕਹੀ ਜਾਂਦੀ ਇੰਡੀਆ ਦੇ ਵਿੱਚ ਬਾਹਰਲਾ ਪੈਸਾ ਇੱਥੇ ਨਾ ਲਾਓ ਅੰਦੋਲਨ ਤੇ ਅਦੋਲਨ ਤੇ ਤੁਹਾਨੂੰ ਅਸੀਂ ਫੜ ਲੈਣਾ ਅਸੀਂ ਇਹ ਇਲਿਗਲ ਆ ਬਾਹਰਲੇ ਪੈਸੇ ਤੁਸੀਂ ਇਕੱਠੇ ਕਰਦੇ ਆ ਤੁਹਾਡੇ ਉੱਪਰ ਕੇਸ ਪਾਈ ਜਾਊਗਾ ਸਾਡੇ ਮੁੰਡੇ ਉੱਪਰ ਕੇਸ ਪਾਏਗਾ ਉੱਥੇ ਟਰਸਟੀਆਂ ਉੱਪਰ ਇਹ ਨਾ ਉਹ ਕੰਮ ਕਰ ਗਏ ਹੋਰ ਥੱਥੇ ਬੰਦੀ ਉੱਪਰ ਕੇਸ ਪਾਏ ਗਏ ਆ ਤਾਂ ਜਿਹੜੇ ਬਾਹਰੋਂ ਪੈਸੇ ਇਕੱਠੇ ਕਰੀ ਜਾਂਦੇ ਆ ਉਹ ਕਿੱਦਾਂ ਲਾਊਗੇ ਉੱਥੇ ਜਾ ਕੇ ਇੰਨਾ ਪੈਸਾ ਸਪੈਸ਼ਲੀ ਮਿਲੀయన్స్ ਸੋ ਆਪਣਾ ਖਿਆਲ ਰੱਖਣਾ ਤੁਸੀਂ ਸੋਚ ਸਮਝ ਕੇ ਡੋਨੇਸ਼ਨ ਕਰੋ ਐਨੀ ਅਸੀਂ ਕਹਿੰਦੇ ਭਈ ਖਾਲਸਾਈ ਨਹੀਂ ਕਰੋ ਨਹੀਂ ਸਾਡਾ ਕੋਈ ਫੰਡਰੇਜ਼ਿੰਗ ਨਹੀਂ ਹੋ ਰਿਹਾ ਇਸ ਵੇਲੇ ਇਹ ਅੰਦੋਲਨ ਲਈ ਕਿਉਂਕਿ ਤੁਸੀਂ ਇੰਡੀਆ ਤੇ ਜਿਹੜਾ ਸਾਡੀ ਖਾਲਸਾਈ ਟੀਮ ਆ ਤੁਸੀਂ ਉਹਨਾਂ ਨੂੰ ਸਮਾਨ ਦੇ ਜਾਂਦੇ ਕੰਬਲ ਖਾਣਾ ਪੀਣਾ ਜੋ ਵੀ ਲੋੜ ਆ ਤੁਸੀਂ ਸਮਾਨ ਖਰੀਦ ਕੇ ਲਿਹਾਈ ਜਾਓ ਤੇ ਸਾਨੂੰ ਦੇ ਜਾ ਮੈਂ ਹਲਤਾ ਵੀ ਕਹਿੰਦਾ ਕੈਸ਼ ਨਾ ਦੇ ਉਹ ਕਿਸੇ ਨੂੰ ਇੰਡੀਆ ਵੀ ਨਾ ਇਥੇ ਵੀ ਤੁਸੀਂ ਇੰਡੀਆ ਵਿੱਚ ਜੇ ਹੈਗੇ ਪਿੰਡ ਹੈਗੇ ਆ ਸ਼ਹਿਰ ਹੈਗੇ ਆ bizness ਹੋਣ ਹੈਗੇ ਸਮਾਨ ਖਰੀਦ ਕੇ ਦੇਵੋ ਸਮਾਨ ਖਰੀਦਣ ਦੀ ਜਾਂ ਤੁਸੀਂ ਕੋਈ ਬਿੱਲ ਪੇ ਕਰਦੋਗੇ ਸਮਾਨ ਦਾ ਸੋ ਜਿਹੜਾ ਫੰਡਰੇਜ਼ਿੰਗ ਦਾ ਇੰਟਰਨੈਸ਼ਨਲ ਤੇ ਹੋਇਆ ਪਿਛਲੇ 2-3 ਮਹੀਨੇ ਵਿੱਚ ਉਹਦਾ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਕਿ ਕਿੰਨਾ ਪੈਸਾ ਇਕੱਠਾ ਹੋਇਆ ਮੀਡੀਆ ਇਕੱਠਾ ਕਰ ਰਹੀ ਆ ਇਹ ਇੰਡੀਵਿਜੂਅਲ ਕਾਤੇ ਕੱਲੇ ਕੱਲੇ ਬੰਦੇ ਕਰ ਰਹੇ ਸੰਸਥਾ ਕਰ ਰਹੀਆਂ ਫੇ ਸਾਡੇ ਖਿਲਾਫ ਬੋਲਨ ਰ ਆਪਣਾ ਰਵੀ ਸਿੰਘ ਜੀ ਦੇਖੋ ਜੀ ਤੁਸੀਂ ਤਾਂ ਇੱਦਾਂ ਗੱਲ ਕੀਤੀ ਉਹ ਗੱਲ ਕੀਤੀ ਗੱਲ ਮੈਂ ਉਹ ਕਰ ਰਿਹਾ ਜਿਹੜਾ ਸਾਨੂੰ ਦੁੱਖ ਲੱਗਦਾ ਭਈ ਇਹ ਨਹੀਂ ਅਸੀਂ ਅਸੀਂ ਵੀ ਅਪੀਲ ਕਰ ਸਕਦੇ ਹਾਂ ਅੱਜ ਇਹ ਕਰਨੀ ਹੋਵੇ ਸਾਨੂੰ ਵੀ ਤੁਸੀਂ 1-2 ਮਿਲੀਅਨ ਹੋਰ ਦੇ ਸਕਦੇ ਪਰ ਅਸੀਂ ਕਰਜਣਾ ਕਿੱਦਾਂ ਉੱਥੇ ਇੱਕ ਕਿਸਾਨਾਂ ਲਈ ਜਿਹੜਾ ਤੁਸੀਂ ਸਾਨੂੰ ਪੈਸੇ ਦੇ ਰਹੇ ਅਸੀਂ ਕਹਿੰਦੇ ਜੇ ਲਿਖਣਾ ਤੁਸੀਂ ਲਿਖ ਦਿਓ ਪੇਪਰਸ ਜਾਂ ਪੰਜਾਬ ਦੇ ਕਿਸਾਨਾਂ ਲਈ ਆ ਉਹ ਫੇ ਮਗਰੋਂ ਅਸੀਂ ਦੇਖ ਲਵਾਂਗੇ ਇਹ ਕਿੰਨਾ ਪੈਸਾ ਇਕੱਠਾ ਹੋਇਆ ਇੰਨਾ ਕਿਸਾਨੀ ਦੇ ਉੱਪਰ ਲਾ ਸਕਦੇ ਪਈ ਕਿਸਾਨਾਂ ਦੀ ਮਦਦ ਕਰਨੀ ਜਿਹੜੇ ਪਈ ਗਰੀਬ ਕਿਸਾਨਾਂ ਅਸੀਂ ਉਂਦੋਂ ਲਈ ਕੋਈ ਅਪੀਲ ਕੀਤੀ ਨਹੀਂਗੀ ਪਰ ਕਿਉਂਕਿ ਪੈਸੇ ਇੱਥੇ ਬਹੁਤ ਇਕੱਠੇ ਹੋ ਰਹੇ ਆ ਤਾਂ ਜਦੋਂ ਉੱਥੇ ਦੇਖੀਏ ਜਾ ਕੇ ਪਈ ਤੁਸੀਂ ਇੰਨਾ ਪੈਸਾ ਕਿੱਦਾਂ ਖਰਚੋਗੇ ਉੱਥੇ ਕੋਈ ਜਵਾਬ ਨਹੀਂ ਮਿਲਦਾ ਸੋ ਪੈਸੇ ਦੀ ਲੋੜ ਹੈਗੀ ਆ ਇਹ ਨਹੀਂ ਮੈਂ ਕਿੰਨਾ ਨਾਂ ਦੇਵੋ ਕਈ ਸੰਸਥਾ ਹੈਗੀਆਂ ਜਿਹੜੀਆਂ ਬਹੁਤ ਚੰਗੀਆਂ ਕੰਮ ਕਰ ਰਹੀਆਂ ਤੇ ਮੈਨੂੰ ਆਪ ਵੀ ਉਹ ਜਾਣਦੇ ਨਿੱਕੇ ਨਿੱਕੀਆਂ ਸੰਸਥਾ ਦਿੱਲੀ ਆ ਇਸ ਵੇਲੇ ਸੇਵਾ ਕਰ ਰਹੀਆਂ ਬਿਲਕੁਲ ਇਹ ਕਰ ਰਹੇ ਐ ਨਹੀਂ ਪਈ ਕੋਈ ਕਰ ਨਹੀਂ ਰਿਹਾ 100% ਕਰ ਰਹੇ ਪਰ ਜਿੰਨਾ ਪੈਸਾ ਇਕੱਠਾ ਕਰ ਰਿਹਾ ਹੈ ਦੁਨੀਆਂ ਦੇ ਵਿੱਚ ਹੋ ਰਿਹਾ ਉਹਦਾ ਕੋਈ ਕੰਟਰੋਲ ਹੈ ਨਹੀਂਗਾ ਇਹ ਨਹੀਂ ਮੈਂ ਕਹਿੰਦਾ ਪੈਸੇ ਇਕੱਠੇ ਕਰਕੇ ਤੁਸੀਂ ਜਿਹੜੇ ਕਿਸਾਨ ਯੂਨੀਅਨ ਦੇ ਉਹ ਨਹੀਂ ਪਰ ਕਿਸਾਨ ਯੂਨੀਅਨ ਦਾ ਇੱਕ ਫਰਜ਼ ਬਣਦਾ ਸ਼ਾਇਦ ਉਹ ਆਪਣੇ ਵੱਲੋਂ ਇੱਕ ਸੈਂਟਰਲ ਰਜਿਸਟਰ ਖੋਲਣ ਭਈ ਜਿਹੜੇ ਵੀ ਜਿੰਨ ਲੋਕਾਂ ਨੇ ਅਪੀਲ ਕੀਤੀ ਸਾਰਾ ਆਨਲਾਈਨ ਹੈਗਾ ਭਈ ਕਿੰਨੇ ਪੈਸੇ ਇਕੱਠੇ ਕੀਤੇ ਗਏ ਕਿੰਨੇ ਕੀਤੇ ਕਿੰਨੇ ਕਿੰਨੇ ਕੀਤੇ ਤੇ ਕੀ ਪਲਾਨ ਆ ਉਹ ਸਾਰਾ ਇੱਕ ਰਜਿਸਟਰ ਦੇ ਵਿੱਚ ਲਿਖ ਸਕਦੇ ਆ ਇੱਕ ਬੰਦਾ ਰੱਖ ਕੇ ਰਿਸਰਚ ਕਰਨਾ ਬਹੁਤ ਔਖਾ ਕੰਮ ਨਹੀਂਗਾ ਪਰ ਇਹਦਾ ਕੋਈ ਨਾ ਕੋਈ ਕੰਟਰੋਲ ਹੋਣਾ ਚਾਹੀਦਾ ਜੇ ਹੁਣ ਫੰਡ ਰਾਈジング ਆ ਪੈਸਾ ਇਕੱਠਾ ਕਰੀ ਜਾਣਾ ਘੜੀ ਘੜੀ ਹਰ ਚੀਜ਼ ਦੇ ਵਿੱਚ ਤੇ ਖਰਚਾ ਨਾ ਮੋਰੇ ਘਟਿਆ ਹੁਣ ਉੱਥੇ ਕਾਨੂੰਨੀ ਕਾਰਵਾਈ ਹੋ ਰਹੀ ਆ ਜਿਹੜੇ ਫੜਲੇ ਸੀ ਸਾਡੇ ਨੌਜਵਾਨ ਕੁੜੀਆਂ ਮੁੰਡੇ ਉਹਦੇ ਕੇਸ ਬਹੁਤ ਫ੍ਰੀ ਲੜ ਰਹੇ ਆ ਦਿੱਲੀ ਕਮੇਟੀ ਵਾਲੇ ਵੀ ਬਹੁਤ ਚੰਗਾ ਕੰਮ ਆ ਤੇ ਦੂਜੇ ਪਾਸੇ ਕਈ ਪੈਸੇ ਇਕੱਠੇ ਕਰ ਰਹੇ ਉਹਨਾਂ ਨਾਂ ਦੇ ਉੱਪਰ ਉਹ ਲੰਗਰ ਆ ਕਈ ਲੰਗਰ ਦਾ ਸਮਾਨ ਸੰਗ ਦੇ ਰਹੀ ਆ ਇੱਥੋਂ ਲੰਗਰ ਦੀ ਗਰਾਈ ਹੋ ਰਹੀ ਆ ਜੇ 2 ਮਿਲੀਅਨ ਪੌਣ ਇਕੱਠਾ ਕਰ ਲਿਆ 2 ਲੱਖ ਪੌਣ ਇਕੱਠਾ ਕਰ ਲਿਆ ਉੱਥੇ ਪਤਾ ਕਿੰਨਾ ਹੋਊਗਾ 2 ਲੱਖ ਪੌਣ ਦਾ ਲੰਗਰ ਤੁਸੀਂ ਸਾਰੀ ਦੁਨੀਆ ਨੂੰ ਲੰਗਰ ਚੁਗਾ ਸਕਦੇ 2 ਲੱਖ ਲਈ ਸੋ ਉੱਥੇ ਜਿਹੜੀਆਂ ਸੰਸਤਾ ਸੇਵਾ ਕਰ ਰਹੀਆਂ ਬਹੁਤ ਵਧੀਆ ਕੰਮ ਕਰ ਰਹੇ ਆ ਇਹ ਹੈ ਹਾਂ ਜੀ ਬਿਲਕੁਲ ਪੈਸੇ ਤੇ ਮਾਇਆ ਦੀ ਲੋੜ ਹੈਗੀ ਆ ਪਰ ਉਹ ਤੇ ਇੱਥੇ ਸਾਰੇ ਪਾਸੇ ਕੰਟਰੋਲ ਹੋਣਾ ਚਾਹੀਦਾ ਇੱਕ ਰਜਿਸਟਰ ਹੋਣਾ ਚਾਹੀਦਾ ਸੈਂਟਰਲ ਕਿੰਨੇ ਪੈਸੇ ਇਕੱਠੇ ਕਿੰਨੇ ਕਿੰਨੇ ਕੀਤੇ ਕਿੰਨੇ ਕੀਤੇ ਤੇ ਕੀ ਉਹਨਾਂ ਦਾ ਟੋਟਲ ਬਣ ਗਿਆ ਸਾਡਾ ਟੋਟਲ ਪ੍ਰੋਟੈਸਟ ਦਾ ਕਿੰਨਾ ਪੈਸਾ ਇਕੱਠਾ ਹੋਇਆ ਬਾਹਰ ਉਹਦਾ ਕੋਈ ਨਾ ਹਰ ਚੀਜ਼ ਦਾ ਦੇਖੋ ਤੁਸੀਂ ਦੁਨੀਆ ਵਿੱਚ ਕੋਈ ਇੱਥੇ ਇੰਗਲੈਂਡ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਜਿੱਥੇ ਮਰਜ਼ੀ ਹੋਵੇ ਕੈਨੇਡਾ ਉਹ ਹਰ ਚੀਜ਼ ਦਾ ਰੈਕੋਰਡ ਹੁੰਦਾ ਇੱਕ ਡਿਜ਼ਾਸਟਰ ਹੈ ਕਿ ਕਿੰਨੇ ਪੈਸੇ ਇਕੱਠੇ ਕੀਤੇ ਗਏ ਨੇ ਇੰਨੇ ਪੈਸੇ ਇਕੱਠੇ ਕੀਤੇ ਗਏ ਐ ਇੰਨੀਆਂ ਜਥੇਬੰਦੀਆਂ ਨੇ ਆ ਨਾਜਤ ਇਹ ਵੀ ਨਹੀਂ ਹੁੰਦੀ ਆ ਸਾਰਾ ਡਿਕਲੇਅਰ ਹੋਇਆ ਇਹਦੇ ਵਿੱਚ ਕੋਈ ਲੁਕੋਵਾ ਨਹੀਂ ਹੋਣਾ ਚਾਹੀਦਾ ਸਾਨੂੰ ਪੈਸੇ ਪਿਛੇ ਨਹੀਂ ਧੋੜਨਾ ਚਾਹੀਦਾ ਸੋ ਪਰ ਕੰਟਰੋਲ ਰੱਖਣਾ ਚਾਹੀਦਾ ਬਿਲਕੁਲ ਜਿਹੜੀ ਸੰਸਥਾ ਕਰ ਰਹੀ ਮੋਰੇ ਉਹਨੂੰ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਪਿੰਡਾਂ ਨੂੰ ਸਪੋਰਟ ਕਰੋ ਪਰ ਜਿਹੜੀ ਅਪੀਲਾਂ ਕਰਨੀਆਂ ਉਹਦਾ ਕੋਈ ਕੰਟਰੋਲ ਕਰਨਾ ਚਾਹੀਦਾ ਸਪੈਸ਼ਲੀ ਜਿਹੜਾ ਅਪੀਲਾਂ ਹੁਣ ਇਸ ਵੇਲੇ ਅੰਦੋਲਨੀਆਂ ਹੋ ਰਹੀਆਂ ਪਿਛਲੇ 2-3 ਮਹੀਨੇ ਤੋਂ ਉਹਦਾ ਕੋਈ ਕੰਟਰੋਲ ਨਹੀਂਗਾ ਪੰਥ ਦਾ ਪੈਸਾ ਖਰਾਬ ਹੋ ਰਿਹਾ ਤੋ ਸਾਡੀ ਇਹੀ ਬੇਨਤੀ ਆ ਇੱਕ ਦੂਜੇ ਨੂੰ ਸਪੋਰਟ ਕਰੋ ਜਿਹੜੇ ਕਿਸਾਨ ਪਿੱਛੇ ਪੰਜਾਬ ਦੇ ਵਿੱਚ ਆ ਉਹਨਾਂ ਦੀ ਮਦਦ ਚਾਹੀਦੀ ਆ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਮੋਰੇ ਸੇਵਾਦਾਰ ਕਰ ਰਹੇ ਸੇਵਾ ਸੰਸਥਾ ਲੱਗੀਆਂ ਦਿੱਲੀ ਵਿੱਚ ਬਹੁਤ ਛੜਦੀ ਕਲਾ ਸੇਵਾ ਕਰ ਰਹੀਆਂ ਆ ਦਵਾਈਆਂ ਦੀਆਂ ਲੰਗਰ ਦੀਆਂ ਕੱਪੜੇ ਦੀਆਂ ਪਾਣੀ ਦੀਆਂ ਸਾਰਾ ਕੁਝ ਸਪੋਰਟ ਕਰੋ ਹਰ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਪਰ ਕੰਟਰੋਲ ਹੋਣਾ ਚਾਹੀਦਾ ਕੋਈ ਰਜਿਸਟਰ ਹੋਣਾ ਚਾਹੀਦਾ ਸੈਂਟਰਲ ਜਿਹਦੇ ਵਿੱਚ ਅਸੀਂ ਕਹਿ ਸਕਦੇ ਆ ਬਿਲਕੁਲ ਕਿੰਨਾ ਪੈਸਾ ਕਿਹੜੀ ਸੰਸਥਾ ਇਹਨੇ ਭਈ 2 ਮਿਲੀਅਨ ਇਕੱਠਾ ਕਰ ਲਿਆ ਤੇ 20000 ਖਰਚ ਕੇ ਕਹਿਤਾ ਸਾਡਾ ਕੰਮ ਹੋ ਗਿਆ ਅਸੀਂ ਚੱਲੇ ਫੇ ਪੁੱਛੋ ਭਈ ਬਾਕੀ ਕਿੱਥੇ ਗਏ ਜਿਹੜੇ ਭਈ ਪੈਸੇ ਸੀ ਸੋ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਤੇ ਅਸੀਂ ਕੱਲ ਪਰਸੋਂ ਨੂੰ ਕੱਲੂ ਸ਼ਾਇਦ ਬ੍ਰੋਡਕਾਸਟ ਕਰਾਂਗੇ ਜਿਹੜੀ ਮੇਰੀ ਗੱਲ ਹੋਈ ਸੀ ਉਹ ਬੀਬੀਆਂ ਦਾ ਜਿਹੜੀਆਂ ਮੇਰੇ ਪਿੱਛੇ ਟਾਈਮ ਮੈਗਜ਼ੀਨ ਦੀ ਫੋਟੋ ਲੱਗੀ ਹੋਆ ਜਿਹੜੇ ਭਈ ਟਾਈਮ ਮੈਗਜ਼ੀਨ ਦੇ ਮੋਰੇ ਆਏ ਆ ਸਾਨੂੰ ਬਹੁਤ ਹੀ ਮਾਣਿਆ ਨਾਲ ਉੱਪਰ ਇਹਨਾਂ ਨੇ ਬਹੁਤ ਹੌਸਲਾ ਵਧਾਇਆ ਦੁਨੀਆ ਦੇ ਵਿੱਚ ਤੇ ਇਹਨਾਂ ਦਾ ਸਾਡੀ ਇੱਕ ਅੱਜ ਥੋੜੀ ਜੀ ਗੱਲ ਬੋਤ ਬਾਤ ਹੋਈ ਸੀ ਸ਼ਾਇਦ ਕੱਲੂ ਬ੍ਰॉडਕਾਸਟ ਕਰਾਂਗੇ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ